ਹਾਂਜੀ, ਕੀ ਹਾਲ ਚਾਲ ਨੇ ਭਰਾਵੋ? ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਕੁੜੀ ਦੀ ਸੱਚੀ ਤੇ ਦਰਦ ਭਰੀ ਕਹਾਣੀ ਲੈ ਕੇ। ਜਿਹੜੀ ਭੈਣ ਦੀ ਇਹ ਕਹਾਣੀ ਆ, ਉਹਦੀ ਉਮਰ ਇਸ ਟਾਈਮ ਤੇ ਤਾਂ ਲਗਭਗ 45 ਸਾਲ ਤੋਂ ਪਲੱਸ ਆ, ਪਰ ਜਦੋਂ ਉਹਦੇ ਨਾਲ ਇਹ ਸਾਰਾ ਕੁਝ ਵਾਪਰਦਾ ਉਦੋਂ ਸਿਰਫ ਉਹ 16 ਸਾਲ ਦੀ ਹੁੰਦੀ ਆ। ਆਜੋ ਕਰਦੇ ਹਾਂ ਇਸ ਕਹਾਣੀ ਦੀ ਸ਼ੁਰੂਆਤ। ਇਹ ਭੈਣ ਕਹਿੰਦੀ ਆ ਵੀ ਜਦੋਂ ਮੈਂ ਲਗਭਗ 14 ਕੁ ਸਾਲਾਂ ਦੀ ਸੀ, ਉਦੋਂ ਮੈਂ ਸਕੂਲ ਦੇ ਵਿੱਚ ਪੜ੍ਹਦੀ ਸੀ, ਮੇਰੇ ਨਾਲ ਦੋ ਤਿੰਨ ਸਹੇਲੀਆਂ ਮੇਰੀ ਇਹ ਗਲੀ ਦੀਆਂ ਹੁੰਦੀਆਂ ਸੀ, ਮੇਰੇ ਮੁਹੱਲੇ ਦੀਆਂ ਹੁੰਦੀਆਂ ਸੀ, ਜਿਹੜੀਆਂ ਕਿ ਮੇਰੇ ਤੋਂ ਉਮਰ ਦੇ ਵਿੱਚ ਥੋੜ੍ਹੀਆਂ ਜਿਹੀਆਂ ਵੱਡੀਆਂ ਸੀ। ਕੋਈ 3 ਸਾਲ ਵੱਡੀ ਸੀ, ਕੋਈ 4 ਸਾਲ ਵੱਡੀ ਸੀ, ਕੋਈ 2 ਸਾਲ ਵੱਡੀ ਸੀ। ਤੇ ਉਹਨਾਂ ਕੁੜੀਆਂ ਦੀ ਕਿਸੇ ਮੁੰਡੇ ਦੇ ਨਾਲ ਗੱਲਬਾਤ ਹੁੰਦੀ ਆ, ਉਹਨਾਂ ਨੂੰ ਮਿਲਦੀਆਂ ਗਿਲਦੀਆਂ ਸਾਰਾ ਕੁਝ ਕਰਦੀਆਂ, ਤੇ ਮੈਂ ਵੀ ਸਾਹਮਣੇ ਅੱਖਾਂ ਦੇ ਸਭ ਕੁਝ ਦੇਖਦੀ ਰਹਿੰਦੀ ਸੀ। ਤਾਂ ਇੱਕ ਦਿਨ ਮੇਰੀ ਸਹੇਲੀ ਮੈਨੂੰ ਕਹਿੰਦੀ ਆ ਵੀ ਤੇਰੀ ਵੀ ਗੱਲ ਕਿਸੇ ਮੁੰਡੇ ਨਾਲ ਕਰਵਾ ਦਿੰਦੀ ਆ, ਵੀ ਤੂੰ ਇਕੱਲੀ ਐਵੇਂ ਤੁਰੀ ਫਿਰਦੀ ਆ, ਵੀ ਤੂੰ ਵੀ ਜੋੜੀ ਬਣਾ ਲਾ। ਕਹਿੰਦੀ ਮੈਂ ਸਹੇਲੀ ਨੂੰ ਕਿਹਾ ਵੀ ਨਹੀਂ, ਇਹ ਕੰਮ ਮੈਂ ਨਹੀਂ ਕਰਨਾ, ਵੀ ਮੇਰੀ ਹਜੇ ਉਮਰ ਛੋਟੀ ਆ। ਕਹਿੰਦਾ ਇੱਕ ਸਾਡੇ ਪਿੰਡ ਦਾ ਮੁੰਡਾ ਹੁੰਦਾ ਜਿਹੜਾ ਮੇਰੇ ਪਿੱਛੇ ਫਿਰਦਾ ਹੁੰਦਾ, ਤੇ ਮੇਰੀ ਸਹੇਲੀ ਮੈਨੂੰ ਕਹਿ ਕਵਾ ਕੇ ਮੇਰੀ ਗੱਲ ਉਹਦੇ ਨਾਲ ਕਰਵਾ ਦਿੰਦੀ ਆ। ਚਲੋ ਜੀ, ਜਦੋਂ ਉਹਦੇ ਨਾਲ ਮੇਰੀ ਗੱਲਬਾਤ ਹੋ ਜਾਂਦੀ ਆ, ਤਾਂ ਜਦੋਂ ਮੈਂ 16 ਕੁ ਸਾਲਾਂ ਦੀ ਹੁੰਨੀ ਆ, ਤਾਂ ਮੈਂ ਉਹਦੇ ਨਾਲ ਸੰਬੰਧ ਬਣਾ ਲੈਂਦੀ ਹਾਂ। ਸੰਬੰਧ ਬਣਾਉਣ ਤੋਂ ਬਾਅਦ ਕੀ ਹੁੰਦਾ, ਇੱਕ ਵਾਰੀ ਸੰਬੰਧ ਬਣਦੇ ਆ, ਦੋ ਵਾਰੀ ਸੰਬੰਧ ਬਣਦੇ ਆ, 3 ਵਾਰੀ ਬਣਦੇ ਆ, ਤਾਂ ਮੈਂ ਪ੍ਰੈਗਨੈਂਟ ਹੋ ਜਾਂਦੀ ਹਾਂ। ਜਦੋਂ 3ਜੀ ਵਾਰ ਸੰਬੰਧ ਬਣਦੇ ਆ, ਤਾਂ ਮੇਰੇ ਘਰ 'ਚੋਂ ਕੋਈ ਮੈਨੂੰ ਦੇਖ ਲੈਂਦਾ ਉਸ ਮੁੰਡੇ ਨਾਲ ਆਉਂਦੀ ਨੂੰ, ਤਾਂ ਮੇਰੇ ਘਰ 'ਚ ਕਹਿੰਦੀ ਮੇਰਾ ਥੋੜ੍ਹਾ ਬਹੁਤ ਕੁਟਕਟਾਪਾ ਕਰਦੇ ਆ, ਤੇ ਮੈਨੂੰ ਨਾਨਕੇ ਭੇਜ ਦਿੱਤਾ ਜਾਂਦਾ। ਜਦੋਂ ਮੈਨੂੰ ਨਾਨਕੇ ਭੇਜ ਦਿੱਤਾ ਜਾਂਦਾ, ਉਸ ਤੋਂ ਬਾਅਦ ਮੇਰਾ ਉਸ ਮੁੰਡੇ ਨਾਲ ਸੰਪਰਕ ਬਿਲਕੁਲ ਟੁੱਟ ਜਾਂਦਾ। ਮੁੰਡਾ ਮੇਰੇ ਨਾਲੋਂ ਘੱਟੋ ਘੱਟ 8-9 ਸਾਲ ਉਮਰ ਦੇ ਵਿੱਚ ਵੀ ਕਹਿੰਦੀ ਵੱਡਾ ਸੀਗਾ। ਕਹਿੰਦੀ ਸੰਪਰਕ ਟੁੱਟ ਜਾਂਦਾ, ਮੇਰੇ ਨਾਨਕਿਆਂ ਨੂੰ ਵੀ ਉਹੀ ਸ਼ਹਿਰ ਲੱਗਦਾ ਹੁੰਦਾ, ਮੇਰੇ ਪਿੰਡ ਨੂੰ ਵੀ ਉਹੀ ਸ਼ਹਿਰ ਲੱਗਦਾ ਹੁੰਦਾ। ਕਹਿੰਦੇ ਇੱਕ ਦਿਨ ਕੀ ਹੁੰਦਾ ਕਿ ਮੈਂ ਆਪਦੀ ਮਾਮੀ ਨਾਲ ਸ਼ਹਿਰ ਜਾਂਦੀ ਹਾਂ, ਤਾਂ ਅਚਾਨਕ ਮੇਰੀ ਸਹੇਲੀ ਮੈਨੂੰ ਸ਼ਹਿਰ 'ਚ ਮਿਲ ਪੈਂਦੀ ਆ, ਅਤੇ ਮੈਂ ਉਹਨੂੰ ਕਹਿੰਦੀ ਹਾਂ ਵੀ ਮੈਂ ਤਾਂ ਪ੍ਰੈਗਨੈਂਟ ਹੋ ਗਈ ਹਾਂ, ਮੈਂ ਹੁਣ ਕਿਹਨੂੰ ਦੱਸਾਂ ਵੀ ਮੈਂ ਤਾਂ ਨਾਨਕਿਆਂ ਕੋਲ ਹੀ ਬੈਠੀ ਹਾਂ, ਵੀ ਮੇਰਾ ਕੋਈ ਹੀਲਾ ਕਰ। ਚਲੋ ਜੀ, ਮੇਰੀ ਸਹੇਲੀ ਮੈਨੂੰ ਦੱਸਦੀ ਆ ਕਿ ਤੇਰੇ ਆਸ਼ਕ ਦਾ ਤਾਂ ਵਿਆਹ ਰੱਖਤਾ, ਉਹਦੇ ਘਰਦਿਆਂ ਨੇ ਵੀ ਉਹਦੇ ਘਰਦਿਆਂ ਨੂੰ ਪਤਾ ਲੱਗ ਗਿਆ ਸੀ ਵੀ ਕੁੜੀਆਂ ਨਾਲ ਤੁਰਿਆ ਫਿਰਦਾ, ਵੀ ਤੇਰੇ ਆਸ਼ਕ ਦਾ ਵਿਆਹ ਰੱਖਤਾ। ਕਹਿੰਦੀ ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਦਫਾ ਹੋਵੇ ਵੀ ਮੈਨੂੰ ਤਾਂ ਸਿਆਪੇ 'ਚ ਪਾ ਗਿਆ ਉਹ। ਚਲੋ ਜੀ, ਮੇਰੀ ਸਹੇਲੀ ਤਾਂ ਵਿਚਾਰੀ ਚੰਗੀ ਸੀ, ਉਹ 2 ਦਿਨਾਂ ਬਾਅਦ ਕੀ ਕਰਦੀ ਆ, ਆਪਦੀ ਮਾਂ ਦੀ ਛਾਪ ਘਰੋਂ ਚੋਰੀ ਚੱਕ ਕੇ ਵੇਚ ਕੇ ਪੈਸੇ ਲੈ ਕੇ ਆਉਂਦੀ ਆ, ਅਤੇ ਮੈਨੂੰ ਨਾਨਕਿਆਂ ਦੇ ਘਰੋਂ ਕੋਈ ਬਹਾਨਾ ਲਾ ਕੇ ਸ਼ਹਿਰ ਲੈ ਜਾਂਦੀ ਆ। ਉੱਥੇ ਉਹਦੀ ਤਾਈ ਦੀ ਕੁੜੀ ਨਰਸ ਲੱਗੀ ਹੁੰਦੀ ਆ, ਮੇਰੀ ਸਹੇਲੀ ਦੀ ਤਾਈ ਦੀ ਕੁੜੀ, ਉਹਨੂੰ ਉਹਦੇ ਨਾਲ ਪਹਿਲਾਂ ਗੱਲਬਾਤ ਕਰ ਆਉਂਦੀ ਅਤੇ ਮੇਰੀ ਸਫਾਈ ਕਰਵਾ ਦੀ, ਮੇਰਾ ਖਹਿੜਾ ਛੁੱਟ ਜਾਂਦਾ। ਚਲੋ ਜੀ, ਕਹਿੰਦੀ ਉਸ ਤੋਂ ਬਾਅਦ ਥੋੜ੍ਹੀ ਜਿਹੀ ਮੈਂ ਹੋਰ ਜਵਾਨ ਹੁੰਦੀ ਹਾਂ, ਅਤੇ ਮੇਰੇ ਘਰਦੇ ਮੇਰਾ ਕਰ ਦਿੰਦੇ ਆ ਵਿਆਹ। ਕਹਿੰਦੀ ਜਦੋਂ ਮੇਰਾ ਵਿਆਹ ਹੁੰਦਾ, ਉਦੋਂ ਮੈਨੂੰ ਪਤਾ ਲੱਗਦਾ ਵੀ ਜਿਹੜਾ ਉਹ ਮੁੰਡਾ ਸੀ, ਜਿਹੜਾ ਮੇਰਾ ਆਸ਼ਕ ਸੀ, ਉਹ ਬਾਹਰ ਕਿਸੇ ਕੰਟਰੀ ਦੇ ਵਿੱਚ ਚਲਾ ਗਿਆ। ਕਹਿੰਦੀ ਚਲੋ ਜੀ, ਮੇਰਾ ਵਿਆਹ ਹੋ ਜਾਂਦਾ, ਵਿਆਹ ਤੋਂ ਬਾਅਦ ਮੈਂ ਆਪਦੇ ਘਰੇ ਵਧੀਆ ਸੁਖੀ ਵਸਣ ਲੱਗ ਜਾਂਦੀ ਹਾਂ, ਮੇਰੇ ਘਰੇ 2 ਧੀਆਂ ਜਨਮ ਲੈਂਦੀਆਂ ਨੇ, ਇੱਕ ਬੇਟਾ ਜਨਮ ਲੈਂਦਾ। ਕਹਿੰਦੀ ਮੁੜ ਕੇ ਮੇਰਾ ਆਸ਼ਕ ਪਤਾ ਨਹੀਂ ਮੇਰੇ ਪਿੰਡ 'ਚੋਂ, ਮੇਰੇ ਪੇਕਿਆਂ ਦੇ ਪਿੰਡ 'ਚੋਂ ਕਿਹਦੇ ਕੋਲੋਂ ਨੰਬਰ ਲੈਂਦਾ ਮੇਰਾ, ਮੈਨੂੰ ਫਿਰ ਫੋਨ ਕਰਨ ਲੱਗ ਜਾਂਦਾ। ਕਹਿੰਦੀ ਮੈਂ ਉਹਨੂੰ ਸਾਫ਼ ਕਹਿਤਾ ਵੀ ਜੋ ਕੁਛ ਹੋ ਗਿਆ ਜਾਣੇ ਅਣਜਾਣੇ 'ਚ ਉਹਦੇ 'ਤੇ ਪਾ ਦੇ ਹੁਣ ਮਿੱਟੀ, ਮੈਂ ਜਿਹਦੇ ਨਾਲ ਵਿਆਹ ਕਰਾ ਲਿਆ ਮੈਂ ਤਾਂ ਹੁਣ ਉਹਦੀ ਰਹਿਣਾ ਜੋ ਮਰਜ਼ੀ ਹੋ ਜੇ, ਵੀ ਮੇਰੇ ਤੋਂ ਪਹਿਲਾਂ ਬਹੁਤ ਵੱਡੀ ਗਲਤੀ ਹੋ ਗਈ, ਵੀ ਮੈਂ ਹੁਣ ਦੁਬਾਰਾ ਉਸ ਚੀਜ਼ ਨੂੰ ਦੁਹਰਾਉਣਾ ਨਹੀਂ ਚਾਹੁੰਦੀ, ਵੀ ਤੂੰ ਤਾਂ ਮੈਨੂੰ ਪ੍ਰੈਗਨੈਂਟ ਕਰਕੇ ਸੁੱਟਤਾ ਸੀ, ਤੂੰ ਤਾਂ ਮੁੜ ਕੇ ਮੇਰੀ ਬਾਤ ਵੀ ਨਹੀਂ ਪੁੱਛੀ, ਤੂੰ ਤਾਂ ਆਪਦੇ ਘਰਦਿਆਂ ਨਾਲ ਲੱਗ ਕੇ ਵਿਆਹ ਕਰਾ ਲਿਆ, ਤੂੰ ਵਾਅਦੇ ਤਾਂ ਮੇਰੇ ਨਾਲ ਕਰਦਾ ਸੀ ਵਿਆਹ ਕਰਾਉਣ ਦੇ, ਤੇ ਵਿਆਹ ਕਰਾ ਲਿਆ ਤੂੰ ਕਿਸੇ ਹੋਰ, ਵੀ ਤੂੰ ਮੇਰੀ ਜਿੱਤ ਨਾਲ ਬਹੁਤ ਖੇਡ ਚੁੱਕਿਆ, ਵੀ ਮੈਂ ਹੁਣ ਤੇਰੇ ਨਾਲ ਗੱਲ ਨਹੀਂ ਕਰਨੀ। ਕਹਿੰਦੀ ਚਲੋ ਜੀ, ਕੁਝ ਕੁ ਸਾਲਾਂ ਬਾਅਦ ਉਹ ਮੁੰਡਾ ਫਿਰ ਪੰਜਾਬ ਆਉਂਦਾ, ਜਾਣੀ ਕਿ ਮੇਰੇ ਪੇਕਿਆਂ ਦੇ ਪਿੰਡ ਆਉਂਦਾ, ਇੱਥੇ ਆ ਕੇ ਕਹਿੰਦਾ ਮੇਰੇ ਦਾਦੇ ਨਾਲ ਬਹੁਤ ਉਹ ਗੂੜ ਕਰ ਲੈਂਦਾ ਅਤੇ ਸਰਪੰਚ ਖੜਾ ਹੋ ਜਾਂਦਾ। ਚਲੋ ਜੀ, ਸਾਰਾ ਪਿੰਡ ਸਰਬਸੰਮਤੀ ਨਾਲ ਉਹਨੂੰ ਸਰਪੰਚ ਬਣਾ ਦਿੰਦਾ। ਅਗਲਾ ਕਹਿੰਦਾ ਚਲ ਬਾਹਰੋਂ ਆਇਆ NRI ਆ, ਚਲ ਪੈਸੇ ਲਓ, ਪਿੰਡ ਦਾ ਵਿਕਾਸ ਹੋ ਜੂਗਾ। ਚਲੋ ਜੀ, ਕਹਿੰਦੀ ਉਹ ਬੰਦਾ ਐਡਾ ਕੁ ਜਨਾਨੀਵਾਦ ਸੀਗਾ ਵੀ ਜਨਾਨੀ ਨੂੰ ਵੇਖ ਤਾਂ ਲਾਲਾਂ ਸੱਟਣ ਲੱਗ ਜਾਂਦਾ ਸੀਗਾ।
ਵੀ ਇੰਨੀ ਕੁ ਉਹਦੇ ਅੰਦਰ ਹਵਸ ਸੀ ਜਿਸਮ ਨੂੰ ਲੁੱਟਣ ਦੀ, ਜਿਸਮ ਨੂੰ ਨੋਚਣ ਦੀ, ਵੀ ਜਿਹਨੂੰ ਮੈਂ ਦੱਸ ਵੀ ਨਹੀਂ ਸਕਦੀ, ਕਿਉਂਕਿ ਉਹ ਸਾਰਾ ਕੁਛ ਕਹਿੰਦੀ ਮੈਂ ਆਪਦੇ ਪਿੰਡੇ 'ਤੇ ਹੰਡਾਇਆ ਸੀ, ਪਰ ਮੇਰੀ ਉਦੋਂ ਉਮਰ ਛੋਟੀ ਸੀ, ਮੈਨੂੰ ਪਤਾ ਨਹੀਂ ਸੀ ਵੀ ਇਹ ਕੀ ਕਰਦਾ ਪਿਆ ਮੇਰੇ ਨਾਲ, ਹੈ ਨਾ। ਕਹਿੰਦੀ ਚਲੋ ਜੀ, ਉਹਨੇ ਕਿ ਜਦੋਂ ਸਰਪੰਚੀ ਲੈ ਲਈ, ਉਸ ਤੋਂ ਬਾਅਦ ਇੱਕ ਮੈਂਬਰ ਉਹਦੇ ਨਾਲ ਹੁੰਦਾ ਸੀ ਜਿਹੜਾ ਉਹਦਾ ਚਮਚਾ ਸੀ ਖਾਸ, ਉਹਨੇ ਉਹਦੀ ਘਰ ਵੀ ਨਹੀਂ ਛੱਡੀ, ਉਹਦੇ ਨਾਲ ਉਹਦੇ ਨਾਲ ਵੀ ਬੜਾ ਕੁਛ ਉਹਨੇ ਕੀਤਾ। ਉਸ ਤੋਂ ਬਾਅਦ ਜਿਹੜੀਆਂ ਪਿੰਡ 'ਚ ਉਹਨੇ ਚੰਗੀਆਂ ਚੰਗੀਆਂ, ਮੰਨ ਲਾ ਇੱਕ ਦੋ ਮੰਨ ਲਓ ਜਿਹੜੇ ਪਿੰਡ 'ਚ ਮਸ਼ਹੂਰ ਹੁੰਦੀਆਂ ਨੇ ਜਨਾਨੀਆਂ, ਕਿਸੇ ਦੀ ਨੂੰਹਾਂ ਲਾ ਲਓ, ਉਹਦੇ ਨਾਲ ਉਹਨੇ ਗੱਲਬਾਤ ਕਰ ਲਈ। ਅਤੇ ਪਤੰਦਰ ਕੀ ਕਰਦਾ ਸੀ, ਨਰੇਗਾ ਦੇ ਵਿੱਚ ਉਹਨਾਂ ਦੇ ਨਾਂ ਉਹਨੇ ਪਵਾਏ ਹੁੰਦੇ ਸੀਗੇ, ਅਤੇ ਉਹ ਘਰ ਬੈਠੀਆਂ ਹੁੰਦੀਆਂ ਸੀ, ਟਾਵਰ ਨਾਲ ਉਹਨਾਂ ਦੇ ਖਾਤਿਆਂ 'ਚ ਪੈਸੇ ਪੈਂਦੇ ਸੀਗੇ ਵੀ ਹਾਂ ਨਰੇਗਾ ਦੇ ਜਿਹੜੇ ਵੀ ਬਣਦੇ ਹੁੰਦੇ ਸੀਗੇ, ਅਤੇ ਮਿਹਨਤ ਮਜ਼ਦੂਰੀ ਵਿਚਾਰੇ ਗਰੀਬ ਕਰਦੀਆਂ ਹੁੰਦੀਆਂ ਸੀਗੀਆਂ। ਚਲੋ ਜੀ, ਇਹ ਸਾਰਾ ਕੰਮ ਚੱਲਦਾ ਰਿਹਾ। ਕਹਿਣ ਦਾ ਮਤਲਬ ਇਹ ਸੀ ਵੀ ਉਹ ਬੰਦਾ ਪਿੰਡ ਦੇ ਵਿੱਚ ਪੂਰਾ ਸਿਰੇ ਦਾ ਜਨਾਨੀ ਬਾਜ ਸੀਗਾ, ਜਿਹੜੀ ਜਨਾਨੀ ਉਹਦੇ ਹੱਥੇ ਆ ਗਈ ਉਹਨੇ ਛੱਡੀ ਨਹੀਂ। ਹੁਣ ਗੱਲ ਮੈਂ ਇੱਥੇ ਲਿਆਉਣੀ ਆ ਵੀ ਜੋ ਬੀਜਣਾ ਉਹ ਇੱਕ ਦਿਨ ਵੱਢਣਾ ਪੈਂਦਾ। ਉਹ ਸਰਪੰਚ ਦੇ ਘਰ ਦੋ ਧੀਆਂ ਜਨਮ ਲੈਂਦੀਆਂ ਨੇ ਅਤੇ ਪੁੱਤ ਉਹਦੇ ਘਰ ਹੁੰਦਾ ਨਹੀਂ। ਚਲੋ ਜੀ, ਜਦੋਂ ਧੀਆਂ ਜਵਾਨ ਹੁੰਦੀਆਂ ਨੇ, ਜਦੋਂ ਧੀਆਂ ਜਵਾਨੀ 'ਚ ਹੁੰਦੀਆਂ ਨੇ ਤਾਂ ਇੱਕ ਧੀ ਨੂੰ ਚੰਡੀਗੜ੍ਹ ਪੜ੍ਹਨੇ ਪਾ ਦਿੰਦਾ, ਇੱਕ ਨੂੰ ਪਾ ਦਿੰਦਾ ਅੰਮ੍ਰਿਤਸਰ ਪੜ੍ਹਨੇ। ਜਿਹੜੀ ਅੰਮ੍ਰਿਤਸਰ ਵਾਲੀ ਹੁੰਦੀ ਆ, ਜਿਹੜੀ ਉੱਥੇ ਪੜ੍ਹਦੀ ਹੁੰਦੀ ਆ, ਉਹ ਕਿਸੇ ਨਾਲ ਭੱਜ ਕੇ ਵਿਆਹ ਕਰਾ ਲੈਂਦੀ ਆ। ਜਦੋਂ ਸਰਪੰਚ ਨੂੰ ਪਤਾ ਲੱਗਦਾ ਵੀ ਮੇਰੀ ਧੀ ਨੇ ਭੱਜ ਕੇ ਵਿਆਹ ਕਰਾ ਲਿਆ, ਮੁੜ ਕੇ ਉਸ ਗੱਲ 'ਤੇ ਮਿੱਟੀ ਪਾਉਣ ਲਈ ਆਪਦੀ ਧੀ ਕੋਲ ਜਾਂਦਾ, ਉੱਥੇ ਹੱਥ ਪੱਲਾ ਜੋੜਦਾ, ਕਹਿੰਦਾ ਵੀ ਠੀਕ ਆ ਤੂੰ ਵਿਆਹ ਕਰਾ ਲਿਆ, ਤੂੰ ਇੱਕ ਵਾਰੀ ਘਰੇ ਆ ਜਾ, ਮੈਂ ਤੈਨੂੰ ਆਪਦੇ ਘਰੋਂ ਰੀਝ ਨਾਲ ਵਿਆਹ ਕੇ ਤੋਰੂੰਗਾ। ਸਾਰੇ ਪਿੰਡ ਦੀ ਨਿਗਾਹ 'ਚ ਇਹ ਹੋਊਗਾ ਵੀ ਸਰਪੰਚ ਨੇ ਆਪਦੀ ਕੁੜੀ ਦਾ ਵਿਆਹ ਕਰਤਾ। ਚਲੋ ਜੀ, ਉਹ ਕੁੜੀ ਮੰਨ ਜਾਂਦੀ ਆ, ਪਿੰਡ ਆ ਜਾਂਦੀ ਆ, ਪਰ ਇਹੋ ਜਿਹੀਆਂ ਗੱਲਾਂ ਤੁਹਾਨੂੰ ਪਤਾ ਪਿੰਡ 'ਚ ਲੁਕੀਆਂ ਨਹੀਂ ਰਹਿੰਦੀਆਂ ਹੁੰਦੀਆਂ, ਕੋਈ ਲੱਕ ਪੜਦੇ ਪਾਲੇ ਜਦੋਂ ਇੱਕ ਵਾਰੀ ਗੱਲ ਉੱਡ ਜੇ ਫਿਰ ਉਹ ਲੁਕੀ ਨਹੀਂ ਰਹਿੰਦੀ ਹੁੰਦੀ। ਚਲੋ ਜੀ, ਫਿਰ ਸਰਪੰਚ ਉਹਦੇ ਨਾਲ ਦੁਬਾਰਾ ਫਿਰ ਆਪਦੀ ਕੁੜੀ ਦਾ ਵਿਆਹ ਕਰ ਦਿੰਦਾ। ਅਤੇ ਜਿਹੜੀ ਚੰਡੀਗੜ੍ਹ ਵਾਲੀ ਕੁੜੀ ਹੁੰਦੀ ਆ, ਉਹ ਵੀ ਕਿਸੇ ਹੋਰ ਕਾਸਟ ਦੇ ਮੁੰਡੇ ਨਾਲ ਵਿਆਹ ਕਰਾ ਲੈਂਦੀ ਹੈ। ਉਹ ਕਾਸਟ ਦਾ ਮੈਂ ਉਹ ਨਾਂ ਨਹੀਂ ਲੈਣਾ ਚਾਹੁੰਦਾ, ਵੀ ਮੰਨ ਲਓ ਕਿ ਬੜੇ ਲੋਅ ਲੈਵਲ ਦੇ ਮੁੰਡੇ ਨਾਲ ਉਹ ਵਿਆਹ ਕਰਾ ਲੈਂਦੀ ਆ, ਉਹਦੇ ਪਿੱਛੇ ਪਾਗਲ ਹੋ ਜਾਂਦੀ ਹੈ। ਜਦੋਂ ਸਰਪੰਚ ਨੂੰ ਪਤਾ ਲੱਗਦਾ ਕਿ ਸਰਪੰਚ ਦਾਬੇ ਦੁਬੇ ਮਾਰਦਾ, ਪਰ ਉਹ ਕੁੜੀ ਨਹੀਂ ਮੰਨਦੀ, ਕਹਿੰਦੀ ਮੈਂ ਤਾਂ ਉਹਦੇ ਨਾਲ ਵਿਆਹ ਕਰਾਊਂਗੀ। ਚਲੋ ਜੀ, ਸਰਪੰਚ ਚੰਡੀਗੜ੍ਹ ਜਾ ਕੇ ਹੀ ਉਹਦੇ ਨਾਲ ਵਿਆਹ ਕਰ ਦਿੰਦਾ ਉਸ ਮੁੰਡੇ ਨਾਲ। ਹੁਣ ਕਹਿਣ ਦਾ ਮਤਲਬ ਇਹ ਆ ਵੀ ਜਦੋਂ ਪਿਓ ਜਵਾਨੀ 'ਚ ਸੀਗਾ, ਉਦੋਂ ਪਿਓ ਨੇ ਰੱਜ ਕੇ ਜਨਾਨੀ ਬਾਜੀ ਕੀਤੀ, ਕੋਈ ਯਾਰ ਦੀ ਘਰਵਾਲੀ ਨਹੀਂ ਛੱਡੀ, ਕੋਈ ਯਾਰ ਦੀ ਭੈਣ ਨਹੀਂ ਛੱਡੀ, ਜਿਹੜੇ ਬੰਦੇ ਨਾਲ ਰਹਿੰਦੇ ਸੀ ਕਿਸੇ ਦੀ ਘਰਵਾਲੀ ਪਸਾਲੀ, ਕਿਸੇ ਦੀ ਭੈਣ ਪਸਾਲੀ, ਵੀ ਸਾਰੀ ਜ਼ਿੰਦਗੀ ਉਹ ਇਸੇ ਧੰਦੇ 'ਚ ਵੜਿਆ ਰਿਹਾ। ਪਰ ਫਿਰ ਜਦੋਂ ਉਹਦੀਆਂ ਧੀਆਂ ਜਵਾਨ ਹੋਈਆਂ, ਫਿਰ ਉਹਨਾਂ ਨੇ ਕਸਰਾਂ ਕੱਢੀਆਂ, ਕਿਉਂਕਿ ਸਿਆਣੇ ਕਹਿੰਦੇ ਆ ਵੀ ਜੋ ਆਪਾਂ ਬੀਜਾਂਗੇ ਉਹ ਇੱਕ ਦਿਨ ਵੱਢਣਾ ਪੈਣਾ। ਜੇ ਪਿਓ ਲੋਕਾਂ ਦੇ ਜਿਸਮਾਂ ਨਾਲ ਖੇਡਦਾ ਸੀ, ਲੋਕਾਂ ਦੀਆਂ ਧੀਆਂ ਨਾਲ ਖੇਡਦਾ ਸੀ, ਲੋਕਾਂ ਦੀਆਂ ਨੂੰਹਾਂ ਨਾਲ ਖੇਡਦਾ ਸੀ, ਫਿਰ ਗਾਂ ਧੀਆਂ ਨੇ ਵੀ ਉਹ ਕੁਛ ਕੀਤਾ, ਉਹ ਵੀ ਕਦੇ ਕਿਹਦੇ ਥੱਲੇ ਅਤੇ ਕਦੇ ਕਿਹਦੇ ਥੱਲੇ। ਪਹਿਲਾਂ ਉਹਨਾਂ ਨੇ ਵੀ ਬਹੁਤ ਮੰਨ ਲਾ ਮੁੰਡਿਆਂ ਨਾਲ ਸੰਪਰਕ ਸੰਬੰਧ ਬਣਾਏ, ਬੜੇ ਮੁੰਡਿਆਂ ਨਾਲ ਉਹਨਾਂ ਦੇ ਸੰਪਰਕ ਸੀਗੇ ਚੰਡੀਗੜ੍ਹ 'ਤੇ ਜਦੋਂ ਉਹਨੇ ਪੜ੍ਹਨ ਦੇ ਪਾਈ। ਉਸ ਤੋਂ ਪਹਿਲਾਂ ਸਰਪੰਚ ਦੀ ਕਹਿੰਦੇ ਆਪਦੀ ਕੁੜੀ ਸੀ ਜਿਹੜੀ, ਉਹ ਸੀਰੀ ਨਾਲ ਵੀ ਕੋਈ ਫੜੀ ਗਈ ਸੀ ਆਪਦੇ ਸੀਰੀ ਨਾਲ ਹੀ, ਜਦੋਂ ਉਹ ਸੀਰੀ ਨਾਲ ਫੜੀ ਗਈ ਉਸ ਤੋਂ ਬਾਅਦ ਹੀ ਉਹ ਚੰਡੀਗੜ੍ਹ ਪੜ੍ਹਨ ਦੇ ਪਾਈ ਸੀ ਸਰਪੰਚ ਨੇ। ਉਦੋਂ ਵੀ ਪਿੰਡ ਦੇ ਵਿੱਚ ਮੰਨ ਲਓ ਕੁਛ ਕੁਛ ਬੰਦਿਆਂ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੀ ਕੁੜੀ ਨੌਕਰ ਨਾਲ ਫੜੀ ਗਈ। ਇਸ ਕਰਕੇ ਭਰਾਵੋ, ਠੀਕ ਆ ਜਵਾਨੀ ਦਾ ਕੋਈ ਟਾਈਮ ਹੁੰਦਾ ਹੈ ਮਾੜੇ ਕੰਮ ਕਰਨ ਲਈ, ਉਦੋਂ ਲੋਕ ਮਾੜੇ ਕੰਮ ਕਰਦੇ ਆ, ਠੀਕ ਆ ਜਵਾਨੀ ਹੁੰਦੀ ਹੈ, ਜਵਾਨੀ 'ਚ ਬੰਦਾ ਅੰਨਾ ਹੋਇਆ ਹੁੰਦਾ, ਪਰ ਸਾਰੀ ਉਮਰ ਇਹੋ ਜਿਹਾ ਗੰਦੇ ਕੰਮ ਕਰਨ ਲਈ ਨਹੀਂ ਹੁੰਦੀ। ਉਮਰ ਉਮਰ ਦੇ ਹਿਸਾਬ ਨਾਲ ਬੰਦੇ ਨੂੰ ਸਿਆਣੇ ਹੋ ਜਾਣਾ ਚਾਹੀਦਾ। ਜਿਹੜੇ ਬੰਦੇ ਸਾਰੀ ਉਮਰ ਹੀ ਜਨਾਨੀਬਾਜ਼ੀਆਂ ਕਰਦੇ ਆ, ਨਹੀਂ ਸੁਧਰਦੇ, ਆਖਰ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਵੀ ਮੁੜ ਕੇ ਇਹ ਸਾਰਾ ਕੁਝ ਹੁੰਦਾ, ਫਿਰ ਰੱਬ ਸਾਰਾ ਕੁਝ ਬਿਠਾ ਕੇ ਅੱਖਾਂ ਨਾਲ ਦਿਖਾਉਂਦਾ ਵੀ ਲੈ ਦੇਖ ਜੋ ਤੂੰ ਬੀਜਿਆ ਸੀ ਉਹ ਵੱਢ। ਇਸ ਕਰਕੇ ਭਰਾਵੋ ਬੇਨਤੀ ਆ ਕਿ ਜਵਾਨੀ ਦੇ ਵਿੱਚ ਠੀਕ ਆ, ਇਹ ਉਮਰ ਹੁੰਦੀ ਆ, ਬੰਦੇ ਸਾਰੇ ਕਰਦੇ, ਕੋਈ ਦੁੱਧ ਧੋਤਾ ਨਹੀਂ ਉੱਥੇ ਹੁੰਦਾ, ਹੈ ਨਾ, ਪਰ ਕੁਝ ਬੰਦੇ ਉਮਰ ਦੇ ਹਿਸਾਬ ਨਾਲ ਫਿਰ ਸਿਆਣੇ ਨਹੀਂ ਹੁੰਦੇ। ਜਿਹੜੇ ਸਿਆਣੇ ਨਹੀਂ ਹੁੰਦੇ ਫਿਰ ਉਹਨਾਂ ਦੇ ਘਰਾਂ 'ਚ ਆਹ ਕੁਝ ਹੀ ਹੁੰਦਾ। ਇਸ ਕਰਕੇ ਭਰਾਵੋ, ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ। ਜੇ ਕੋਈ ਬੰਦਾ ਹਜੇ ਵੀ ਇਹੋ ਜਿਹੇ
ਕੰਮਾਂ ਦੇ ਵਿੱਚ ਉਲਝਿਆ ਫਿਰਦਾ ਤਾਂ ਸ਼ਾਇਦ ਉਹ ਵੀਡੀਓ ਦੇਖ ਕੇ ਸਿਆਣਾ ਹੋ ਜਾਏ। ਇਸ ਕਰਕੇ ਪ੍ਰਭੂ ਜੇ ਆਪਦੇ ਘਰੇ ਧੀਆਂ ਹੋਣ, ਆਪਦੇ ਘਰੇ ਨੂੰਹਾਂ ਹੋਣ ਤਾਂ ਸਿਆਣੇ ਬਣ ਚਾਹੀਦਾ ਹੁੰਦਾ। ਫਿਰ ਸਾਰੇ ਰਿਸ਼ਤੇ 'ਚ ਵੀ ਥੂ ਥੂ ਹੁੰਦੀ ਆ, ਪਿੰਡ ਦੇ ਵਿੱਚ ਤਾਂ ਥੂ ਥੂ ਬੰਦੇ ਦੀ ਹੁੰਦੀ ਓ ਹੁੰਦੀ ਆ। ਹੁਣ ਦੱਸੋ ਵੀ ਉਹ ਸਰਪੰਚ ਦੀ ਕੀ ਇੱਜ਼ਤ ਰਹਿ ਗਈ? ਵਧੀਆ ਪੈਸੇ ਧੇਲੇ ਵਾਲਾ ਬੰਦਾ ਸੀਗਾ, ਪਰ ਇੱਜ਼ਤ ਉਹਦੀ ਹੁਣ ਪਿੰਡ 'ਚ ਇੱਕ ਦੁੱਕੀ ਦੇ ਬਰਾਬਰ ਵੀ ਨਹੀਂ ਹੈਗੀ। ਹੁਣ ਉਹ ਭੈਣ ਕਹਿੰਦੀ ਆ ਵੀ ਮੈਂ ਲਗਭਗ 4500 ਤੋਂ ਪਲੱਸ ਹੋ ਚੁੱਕੀ ਹਾਂ, ਕਿਉਂਕਿ ਉਹ ਮੇਰੇ ਪੇਕੇ ਪਿੰਡ ਦਾ ਸੀਗਾ। ਕਹਿੰਦੀ ਹੁਣ ਮੈਂ ਤਾਂ ਪੇਕੇ ਆਉਂਦੀ ਜਾਂਦੀ ਰਹਿੰਦੀ ਸੀਗੀ। ਕਹਿੰਦੀ ਹੁਣ ਮੈਂ ਸਾਰਾ ਕੁਝ ਅੱਖਾਂ ਨਾਲ ਦੇਖਿਆ, ਜਿਵੇਂ ਜਿਵੇਂ ਉਹਨੇ ਜੋ ਜੋ ਕੀਤਾ ਪਿੰਡ 'ਚ, ਕਹਿੰਦੀ ਹੁਣ ਪਿੰਡ 'ਚ ਲੁਕੀਆਂ ਗੱਲਾਂ ਤਾਂ ਰਹਿੰਦੀਆਂ ਨਹੀਂ, ਜਦੋਂ ਗੱਲਾਂ ਉੱਡ ਜਾਣ ਕਹਿੰਦੀ ਉਹ ਮੇਰੇ ਕੰਨਾਂ 'ਚ ਵੀ ਪੈ ਜਾਂਦੀਆਂ ਸੀਗੀਆਂ। ਅਤੇ ਕਹਿੰਦੀ ਹੁਣ ਉਵੇਂ ਹੀ ਸਾਰਾ ਕੁਝ ਉਹਦੀਆਂ ਧੀਆਂ ਨਾਲ ਹੋਇਆ। ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ, ਜੋ ਬੀਜੋਂਗੇ ਇੱਕ ਨਾ ਇੱਕ ਦਿਨ ਵੱਢਣਾ ਪੈਣਾ ਹੀ ਪੈਣਾ।